ਲਹਿੰਗਾ ਟਰਾਂਸਪੋਰਟ ਹੁੰਦਾ ਹੋਇਆ ਕਾਰ ਦਾ ਲਹਿੰਗਾ ਚੇਂਜ ਹੋ ਗਿਆ ਹੁਣ ਇਹ ਵੀ ਹੁਣ ਮੋਰ ਕੰਫਰਟੇਬਲ ਹੋ ਗਿਆ ਮਾਸੀਆਂ ਦੀ ਆਊਟਫਿਟ ਨਹੀਂ ਚੇਂਜ ਹੋਈ ਸੋ ਵਿਆਹ ਚੱਲਦਾ ਪਿਆ ਮੈਂ ਜਾ ਰਿਹਾ ਜ਼ਰਾ ਇੱਥੇ ਨੇੜੇ ਦਵਾਈ ਲੈਣ ਮੰਮੀ ਡੈਡੀ ਨੂੰ ਥੋੜ੍ਹਾ ਜਿਹਾ ਰਾਤੀਂ ਠੰਡ ਲੱਗ ਗਈ ਹੈ ਅਤੇ ਸੋ ਉਹਨਾਂ ਨੂੰ ਥੋੜ੍ਹਾ ਜਿਹਾ ਮੈਡੀਸਨ ਲਿਆ ਕੇ ਦੇਣੀ ਆ ਮੈਨੂੰ ਲੱਭਣ ਆ ਰਹੇ ਸੀਗੇ ਹਾਂ ਉਹ ਲਹਿੰਗਾ ਕਿੱਦਾਂ ਲੈ ਕੇ ਜਾਣਾ ਉੱਥੇ ਤੱਕ ਕੋਈ ਗੱਲ ਨਹੀਂ ਦੇਖ ਲੈਂਦੇ ਆ ਮੈਂ ਤਾਂ ਦਵਾਈ ਲੈ ਕੇ ਆਇਆ ਸੀਗਾ ਹਾਂ ਕੀ ਹੋਇਆ ਮੈਂ ਉਹ ਦੇਖਣ ਆ ਰਹੀ ਨਹੀਂ ਉਹਨਾਂ ਸ਼ਾਇਦ ਰਾਤੀ ਮੰਮੀ ਨੂੰ ਲੱਗ ਜਾਣੇ ਆ ਦੋਨਾਂ ਨੂੰ ਮੰਮੀ ਡੈਡੀ ਨੂੰ ਅੱਛਾ ਕਿੱਥੇ ਨੇ ਹੁਣ ਠੀਕ ਨਹੀਂ ਫੀਲ ਕਰ ਰਹੇ ਸੀਗੇ ਤਾਂ ਫਿਰ ਉਹਨਾਂ ਨੂੰ ਦਵਾਈ ਲਿਆ ਕੇ ਦਿੱਤੀ ਆ ਨਹੀਂ ਤਾਂ ਫਿਲਹਾਲ ਅੰਦਰ ਨਹੀਂ ਕੋਈ ਗੱਲ ਨਹੀਂ ਓਕੇ ਤੇ ਤੁਸੀਂ ਸੂਟ ਚੇਂਜ ਕਰ ਲਿਆ ਯੈਸ ਠੀਕ ਲੱਗਦਾ ਲਓ ਦਿਖਾਓ ਫਿਰ ਸੂਟ ਇੰਨਾ ਕੁੜੀਆਂ ਦੀਆਂ ਮੌਜਾਂ ਨੇ ਹੁਣ ਲੁੱਕ ਚੇਂਜ ਕਰ ਲਈ ਆ ਦੇਖੋ ਐਕਚੁਅਲੀ ਮੇਰੇ ਕੋ ਤੁਰਿਆ ਨਹੀਂ ਸੀ ਜਾ ਰਿਹਾ ਉਹਦੇ ਵਿੱਚ ਤੇ ਮੈਨੂੰ ਜਾਰਡਨ ਨੂੰ ਫੀਡ ਕਰਨਾ ਵੀ ਥੋੜਾ ਔਖਾ ਹੋ ਰਿਹਾ ਸੀ ਫਿਰ ਇਸ ਕਰਕੇ ਮੈਂ ਪਹਿਲਾਂ ਹੀ ਲੈ ਕੇ ਆਈ ਸੀਗੀ ਘਰੋਂ ਕਿ ਮੈਂ ਚੇਂਜ ਕਰੂੰਗੀ ਤੇ ਪਰ ਫੋਟੋ ਫੋਟੋਜ਼ ਹੋਈਆਂ ਨਹੀਂ ਆਪਾਂ ਪਹਿਲਾਂ ਹੀ ਚੇਂਜ ਕਰ ਲਿਆ ਚਲ ਕੋਈ ਨਹੀਂ ਵੈਸੇ ਆਪਾਂ ਆਪ ਬਹੁਤ ਲੈ ਲਈਆਂ ਨੇ ਇਸ ਕਿਹੜੀ ਗੱਲ ਕਰਕੇ ਮੈਂ ਕਿਹਾ ਲੁੱਕ ਉੱਥੇ ਹੋਈ ਹੈ ਤੁਹਾਡੀ ਐਂਟਰੀ ਤੇ ਫੋਟੋਜ਼ ਹੋਈ ਤਾਂ ਸੀਗੀਆਂ ਸੋ ਗਾਇਜ਼ ਮੈਂ ਇਹਦੇ ਨਾਲ ਮੈਚਿੰਗ ਪਰਸ ਲੈ ਆਇਆ ਇਹਦੇ ਵਿੱਚ ਇੱਕ ਟਵਿਸਟ ਹੈ ਇਹਦੇ ਤੇ ਸਾਡਾ ਨਾਮ ਲਿਖਿਆ ਹੋਇਆ ਅਵੀ ਰਿਮਸ ਕੈਂਟ ਲੱਗਦਾ ਪਿਆ ਨਾ ਹਾਂ ਬਹੁਤ ਸੋਹਣਾ ਲੱਗ ਰਿਹਾ ਤੇ ਇਹ ਵੀ ਮੈਨੂੰ ਆਇਆ ਸੀਗਾ ਚੂੜਾ ਲਵਰਸ ਵੱਲੋਂ ਜਿਨ੍ਹਾਂ ਨੇ ਮੈਨੂੰ ਚੂੜਾ ਭੇਜਿਆ ਸੀਗਾ ਗਾਇਜ਼ ਲਹਿੰਗਾ ਟਰਾਂਸਪੋਰਟ ਹੁੰਦਾ ਹੋਇਆ ਕਾਰ Thank you.
ਤਿਆਰੀ ਹੋ ਰਹੀ ਹੈ ਤੇ ਵਿਆਹ ਬਹੁਤ ਵਧੀਆ ਰਿਹਾ ਬਹੁਤ ਇੰਜੋਏ ਕੀਤਾ ਸੀ ਨਾ ਵੀਡੀਓਜ਼ ਆਪਾਂ ਸਾਰੀਆਂ ਨਹੀਂ ਲੈ ਸਕਦੇ ਹੁੰਦੇ ਬਟ ਅਸਲ ਚ ਇੰਜੋਏ ਆਪਾਂ ਪੂਰਾ ਵਧੀਆ ਕੀਤਾ ਹੈ ਵੀਰੇ ਜ਼ਰੂਰ 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 ਕੋਈ ਚੱਕਰ ਨਹੀਂ ਬਿਲਕੁਲ ਮੈਂ ਕਿਹਾ ਇਸ ਟਾਈਮ ਤੱਕ ਤਾਂ ਨਾ ਜਿਵੇਂ ਫੀਲ ਹੋਣ ਲੱਗ ਜਾ ਮੈਨੂੰ ਮਤਲਬ ਵਿਆਹ ਵੇਲੇ ਇੱਥੇ ਜਦੋਂ ਆਪਾਂ ਰੋਟੀ ਖਾ ਰਹੇ ਸੀਗੇ ਅਤੇ ਰੋਟੀ ਅੰਦਰ ਨਹੀਂ ਸੀ ਲੰਘ ਰਹੀ ਕਿਉਂਕਿ ਐਂ ਫੀਲ ਹੋ ਰਿਹਾ ਸੀ ਵੀ ਹੁਣ ਘਰੇ ਨਹੀਂ ਜਾਣਾ ਹੈਗਾ ਵੀ ਹੁਣ ਤਾਂ ਜਾਣਾ ਪਊਗਾ ਮਤਲਬ ਘਰੇ ਤਾਂ ਜਾਣਾ ਮਤਲਬ ਹੁਣ ਐਵੇਂ ਇੱਦਾਂ ਹੁੰਦਾ ਸੀ ਨਾ ਵੀ ਜਿੱਦਾਂ ਬੰਦੇ ਨੇ ਹੈਵੀ ਹੂਵੀ ਪਾਇਆ ਹੁੰਦਾ ਵੀ ਚਲੋ ਰਿਲੈਕਸ ਜਿਹਾ ਆ ਜਾਂਦਾ ਘਰੇ ਜਾ ਕੇ ਰਿਲੈਕਸ ਹੋਈਏ ਹਾਂ ਇਦਾਂ ਕੋ ਨਾ ਹੁਣ ਘਰੇ ਨਹੀਂ ਜਾਣਾ ਵੀ ਮਤਲਬ ਕਿ ਕਿਵੇਂ ਹੁਣ ਦੱਸਾਂ ਮੈਂ ਤੁਹਾਨੂੰ ਕਲੀਅਰ ਰਹਿਣ ਦੋ ਅਜੇ ਤਾਂ ਗੱਲ ਹੀ ਨਹੀਂ ਬਣੀ ਕੋਈ ਹੀ ਇਜ਼ ਅ ਹੈਪੀ ਮੈਨ ਹੀ ਹੈਪੀ ਮੈਨ ਆਰ ਯੂ ਗੁੱਡ ਕੈਨ ਯੂ ਸਮਾਈਲ ਕੈਨ ਯੂ ਸਮਾਈਲ ਹਾਂ ਗਾਇਸ ਕੁਲਵੀਰ ਹੋਣੇ ਹੁਣ ਫੇਰਾ ਪਾਣਗੇ ਨੇ ਤੇ ਫੇਰ ਆਣਗੇ ਹੈ
ਕਿ ਮਤਲਬ ਇੱਕ ਵਾਰੀ ਜਾ ਕੇ ਆ ਜਾਂਦੇ ਨੇ ਐਦਾਂ ਹੀ ਹੁੰਦਾ ਹੁੰਦਾ ਤੇ ਹਾਂ ਜਸਟ ਕਹਿ ਲਓ ਵੀ ਉੱਥੇ ਘਰ ਜਾਣ ਦੀ ਬਜਾਏ ਘਰ ਜਾਣ ਦੀ ਬਜਾਏ ਦੂਰ ਪੈਂਦਾ ਜਿਵੇਂ ਫਿਰ ਉਹ ਨੇੜੇ ਕਿਤੇ ਮਤਲਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਜਾਂਦੇ ਨੇ ਠੀਕ ਆ ਨਾ ਇਹ ਆਪਾਂ ਜਿਵੇਂ ਆਪਾਂ ਦੂਜੇ ਦਿਨ ਜਾਂਦੇ ਆ ਤੇ ਫਿਰ ਉਹ ਸ਼ਾਇਦ ਇੱਕ ਦੋ ਦਿਨ ਬਾਅਦ ਆਣਗੇ ਸ਼ਾਰਟ ਆ ਇਹ ਸ਼ਾਰਟ ਹੈ ਇਹ ਸ਼ਾਰਟ ਇਹਦੇ ਹੱਥ ਫੜਨੇ ਪੈਣਗੇ ਸਾਡੀ ਸ਼ੁਗਰੀ ਜੀ ਸਾਡੀ ਸ਼ੁਗਰੀ ਪੁੱਤਰ ਪੀ ਲੈ ਇਦਾਂ ਘੈਂਟ ਘੈਂਟ ਮਜੇ ਨਾ ਪੀ ਲਾ ਤੂੰ ਬਿੱਲੀਆਂ ਵਾਂਗੂ ਪੀਂਦਾ ਬਿੱਲੀਆਂ ਵਾਂਗੂ ਕਾੜੂ ਬਿੱਲੀਆਂ ਵਾਂਗੂ ਬਿੱਲੀ ਆ ਸਾਡੀ ਛੱਟੀ ਜੀ ਸ਼ੁਗਰੀ ਜੀ ਗਾਈਸ ਜਾਣ ਦੀ ਤਿਆਰੀ ਹੋਣੀ ਆ ਹੁਣ ਡੋਲੀ ਦੀ Thank you.
ਗਾਲਾਂ ਵੀ ਹੋਈ ਜਾਂਦੇ ਮੈਂ ਕਹਿੰਦਾ ਜਾ ਰਹੀ ਹੋ ਗਿਆ ਆਇਓ ਇੱਥੇ ਚੁੱਕ ਕੇ ਆਇਓ ਕਿੰਨਾ ਰੋ ਮੰਮੀ ਲੈ ਲੈ ਮੰਮੀ ਵੀ ਕਿੰਨਾ ਸਾਰੇ ਜਾਣੇ ਰੋ